ਪੰਜਾਬ ਦੇ ਵਿੱਚ ਇੱਕ ਤਰਫ ਜਿੱਥੇ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਉੱਥੇ ਹੀ ਦੂਜੀ ਤਰਫ ਕੇਂਦਰ ਵੱਲੋਂ ਲਿਆਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਚੱਲਦਿਆਂ ਸਿਆਸੀ ਪਾਰਟੀਆਂ ਜਿੱਥੇ ਇੱਕ ਦੂਜੇ ਤੇ ਆਰੋਪ ਲਗਾ ਰਹੀਆਂ ਨੇ ਤੇ ਉੱਥੇ ਹੀ ਖੇਤੀ ਕਾਨੂੰਨਾਂ ਦੇ ਕਾਰਨ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਤੇ ਇਹਨਾਂ ਦੇ ਨਾਲ ਜੁੜੇ ਲੋਕਾਂ ਦਾ ਵਿਰੋਧ ਵੱਧਦਾ ਜਾ ਰਿਹਾ ਹੈ। ਆਏ ਦਿਨ ਹੀ ਸਿਆਸਤ ਦੇ ਨਾਲ ਜੁੜੇ ਲੋਕਾਂ ਨੂੰ ਜਨਤਾ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜੰਡਾਲੀ ਦੇ ਵਿੱਚ ਵੀ ਅਜਿਹਾ ਹੀ ਹੋਇਆ ਹੈ, ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਦੇ ਬਾਹਰ ਬੋਰਡ ਲਗਾ ਕੇ ਸਿਆਸੀ ਪਾਰਟੀਆਂ ਨੂੰ ਪਿੰਡ ਦੇ ਵਿੱਚ ਨਾ ਆਉਣ ਦੀ ਚੇਤਾਵਨੀ ਦਿੱਤੀ ਹੈ। ਦੱਸ ਦਈਏ ਕਿ ਇਹ ਚੇਤਾਵਨੀ ਬੋਰਡ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਦੇ ਐਂਟਰੀ ਪੁਆਇੰਟ ਤੇ ਲਗਾਇਆ ਗਿਆ। ਆਓ ਜਾਣ ਲੈਂਦੇ ਹਾਂ ਇਸ ਮੌਕੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ। ਵਿਪਿਨ ਭਾਰਦਵਾਜ ਦੀ ਰਿਪੋਰਟ ਦੇ ਨਾਲ ਦੀ ਟੀਵੀ ਐਨ ਰਾਏ। ਮੇਰਾ ਨਾਮ ਹੈ ਹਰਦੀਪ ਸਿੰਘ ਜੀ, ਪਿੰਡ ਜੰਡਾਲੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਅਸੀਂ ਅੱਜ ਪਿੰਡ ਦੇ ਵਿੱਚ ਜੀ, ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ, ਪਿਛਲੇ ਤਕਰੀਬਨ 10 ਮਹੀਨੇ ਤੋਂ ਆਪਾਂ ਦਿੱਲੀ ਬੈਠੇ ਹਾਂ, ਦਿੱਲੀ ਵਿੱਚ ਵੀ ਅਸੀਂ ਡਟੇ ਹੋਏ ਹਾਂ। ਅੱਜ ਪਿੰਡ ਦੇ ਵਿੱਚ ਵੀ ਅਸੀਂ ਜਿਹੜੀ ਕਾਰਵਾਈ ਪਾਈ ਹੈ, ਬੋਰਡ ਬਣਵਾ ਕੇ ਲਵਾ ਰਹੇ ਹਾਂ ਜੀ। ਪਹਿਲਾਂ ਬੋਰਡ ਬਣਾ ਕੇ ਪਿੰਡ ਦੇ ਵਿੱਚ ਅਸੀਂ ਜਾਗੋ ਕੱਢੀ ਆ, ਇਹਨਾਂ ਉੱਪਰ ਅਸੀਂ ਸਾਫ਼ ਤੇ ਸਪਸ਼ਟ ਲਿਖੇ ਆ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਆ, ਜਦ ਤੱਕ ਰੱਦ ਨਹੀਂ ਹੁੰਦੇ ਕੋਈ ਵੀ ਰਾਜਨੀਤਿਕ ਬੰਦਾ ਸਾਡੇ ਪਿੰਡ ਦੇ ਵਿੱਚ ਐਂਟਰ ਨਾ ਕਰੇ। ਕਿਉਂਕਿ ਹੁਣ ਅਸੀਂ ਸਾਰੇ ਪਿੰਡ ਨੇ ਆਪਣੇ, ਤੁਸੀਂ ਇਹਦੇ ਦੇਖ ਵੀ ਸਕਦੇ ਹੋ, ਅਸੀਂ ਨਗਰ ਨਿਵਾਸੀ ਸਮੂਹ ਪਿੰਡ ਜੰਡਾਲੀ ਨੇ ਆਪਣਾ ਫੈਸਲਾ ਕੀਤਾ, ਸਮੇਤ ਪੰਚਾਇਤ ਮੈਂਬਰ ਸਾਰੇ, ਪੰਚਾਇਤ ਸਰਪੰਚ ਸਾਹਿਬ ਸਾਰੇ ਸਾਡੇ ਨਾਲ ਖੜ੍ਹੇ ਨੇ ਵੀ ਕੋਈ ਵੀ ਰਾਜਨੀਤਿਕ ਬੰਦਾ ਜਿੰਨੀ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਪਿੰਡ ਦੇ ਵਿੱਚ ਨਾ ਆਵੇ। ਜੇ ਉਹ ਆਉਂਦਾ, ਸਮਝਦਾਰੀ ਤਾਂ ਉਹਦੀ ਇਹੀ ਆ, ਬੋਰਡਾਂ ਦੇ ਪੜ੍ਹ ਕੇ ਬਾਹਰੋਂ ਹੀ ਵਾਪਸ ਚਲੇ ਜਾਓ। ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਸਾਨੂੰ ਤੰਗ ਨਾ ਕਰਿਆ ਜਾਵੇ, ਪਹਿਲਾਂ ਸਾਡੇ ਕਾਨੂੰਨ ਰੱਦ ਕਰਾਏ ਜਾਣ, ਉਹ ਤੋਂ ਬਾਅਦ ਅਗਲੀ ਗੱਲ ਹੈ ਉਹ ਬਾਅਦ ਸੋਚਾਂਗੇ। ਕੋਈ ਪੋਲੀਟੀਕਲ ਬੰਦਾ ਜੇ ਪਿੰਡ ਦੇ ਵਿੱਚ ਆਉਂਦਾ, ਆਪਣੇ ਨਫੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਊਗਾ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ। ਜੇ ਗੱਲ ਕਰੀਏ ਜੇ ਪਿੰਡ ਦੇ ਵਿਕਾਸ ਦੀ ਕੋਈ ਗ੍ਰਾਂਟ ਦੇਣ ਆਉਂਦਾ ਜਾਂ ਕੋਈ ਨੀਂਹ ਪੱਥਰ ਰੱਖਣ ਦਾ, ਤੁਹਾਨੂੰ ਨਹੀਂ ਲੱਗਦਾ ਕਿ ਪਿੰਡ ਦਾ ਨੁਕਸਾਨ ਹੋਊਗਾ ਉਹਦੇ ਨਾਲ? ਵੀਰ ਜੀ, ਸਾਨੂੰ ਉਹ ਚੀਜ਼ਾਂ ਤੋਂ ਕੀ ਲੈਣਾ ਜਦੋਂ ਸਾਡੇ ਪਹਿਲਾਂ ਹੁਣ ਜਿਹੜੇ ਸਾਡੇ ਹੱਕ ਸਾਡੇ ਕੋਲ ਉਹੀ ਖੋਏ ਜਾ ਰਹੇ ਸੀ, ਤਾਂ ਪਹਿਲਾਂ ਆਪਣੇ ਹੱਕ ਬਚਾ ਲਈਏ ਜੀ, ਉਹ ਚੀਜ਼ਾਂ ਦਾ ਬਾਅਦ ਨਹੀਂ ਹੈ। ਪਹਿਲਾਂ ਅਸੀਂ ਆਪਣੀਆਂ ਫਸਲਾਂ ਬਚਾ ਲਈਏ, ਠੀਕ ਹੈ ਜੀ, ਸਾਡਾ ਫਿਊਚਰ ਬਚਾ ਲਈਏ। ਇਹ ਤਾਂ ਪਿਛਲੇ 70 ਸਾਲਾਂ ਤੋਂ ਉਹੀ ਇਹਨਾਂ ਦੇ ਕੰਮ ਨਹੀਂ ਮੁੱਕ ਰਹੇ ਜੀ, ਗਲੀਆਂ ਨਾਲੀਆਂ ਇਹਨਾਂ ਤੋਂ ਬਣ ਰਹੀਆਂ। ਅੱਛਾ, ਜੇ ਕੋਈ ਲੀਡਰ ਧੱਕੇ ਨਾਲ ਆਉਂਦਾ ਪਿੰਡ 'ਚ, ਫਿਰ ਤੁਸੀਂ ਕੀ ਕਰੋਗੇ? ਉਹ ਆਪਣਾ ਆਪ ਜ਼ਿੰਮੇਵਾਰ ਹੋਊਗਾ ਜੀ ਆਪਣੇ। ਇਹ ਜੀ ਸਾਡੇ ਜਿਹੜੇ ਕਾਲੇ ਕਾਨੂੰਨ ਸੈਂਟਰ ਗੌਰਮੈਂਟ ਨੇ ਬਣਾਏ ਨੇ ਕਿਸਾਨਾਂ ਦੇ ਵਿਰੁੱਧ, ਉਹਨਾਂ ਨੂੰ ਰੱਦ ਕਰਨ ਵਾਸਤੇ ਅਸੀਂ ਉਹਨਾਂ ਦੀ ਬਰਖਿਲਾਫੀ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਦਾਖਲ ਨਾ ਹੋਣ ਦੀ ਅਪੀਲ ਕਰਦੇ ਹਾਂ। ਇਸ ਕਰਕੇ ਪਿੰਡ ਦੇ ਚਾਰੇ ਪਾਸੇ ਅਸੀਂ ਇਹ ਬੋਰਡ ਲਾ ਤੇ ਵੀ ਅਗਲਾ ਪੜ੍ਹ ਕੇ ਆਪੇ ਮੁੜ ਜਾਵੇ। ਸਾਡੇ ਪਿੰਡ ਦੇ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਬੰਦਾ ਪਲੀਜ਼ ਉਹਨਾਂ ਚਿਰ ਦਾਖਲ ਨਾ ਹੋਵੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ। ਸਰ, ਜਦ ਤੱਕ ਕਾਨੂੰਨ ਜੇ ਵੋਟਾਂ ਤੋਂ ਪਹਿਲਾਂ ਰੱਦ ਨਾ ਹੋਵੇ ਫਿਰ ਵੋਟਾਂ ਦਾ ਬਾਈਕਾਟ ਹੋਊ? ਸਾਡੇ ਵੱਲੋਂ ਤਾਂ ਵੋਟਾਂ ਦਾ ਵੀ ਬਾਈਕਾਟ ਹੀ ਹੋਊਗਾ। ਜੋ ਪਿੰਡ ਦੇ ਵਿੱਚ ਤਿੰਨ ਵੋਟ ਲੱਗੀਆਂ ਜੀ ਸਾਡੇ, ਤੇ ਜਿੱਥੇ ਪਿੰਡ 'ਚ ਐਂਟਰ ਹੁੰਦੇ ਆ ਜੀ, ਤੇ ਕੋਈ ਵੀ ਸਿਆਸੀ ਪਾਰਟੀ ਆ ਬੰਦਾ ਕੋਈ ਸਾਡੇ ਪਿੰਡ 'ਚ ਐਂਟਰ ਨਾ ਹੋਵੇ। ਪ੍ਰਧਾਨ ਜੀ, ਇਹਦਾ ਨੁਕਸਾਨ ਨਹੀਂ ਹੋਊਗਾ ਤੁਹਾਡਾ? ਤੁਹਾਨੂੰ ਲੱਗਦਾ ਅਸੀਂ ਚੱਕ ਦਾਂਗੇ ਸਾਡੇ ਹੱਕੇ ਖੋਏ ਜਾਂਦੇ ਜੀ? ਤੇ ਵੋਟਾਂ ਦੇ ਵਿੱਚ ਵੀ ਕੋਈ ਫੈਸਲਾ ਲਿਆ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਉਹਦੇ ਲਈ? ਵੋਟਾਂ ਦੇ ਸਾਨੂੰ ਕੋਈ ਚੱਕਰ ਨਹੀਂ, ਜੋ ਸਾਡੇ ਹੱਕੇ ਖੋਏ ਜਾਂਦੇ ਆ ਉਹਦੇ ਅਸੀਂ ਕਿਆ ਕਰ ਸਕਦੇ ਹਾਂ?